हां जी ਅੱਜ ਦਾ ਆਪਣਾ ਟੌਪਿਕ ਟੂਰਿਸਟ ਵੀਜ਼ੇ ਦੇ ਬਾਰੇ ਹੈ ਕਿ ਟੂਰਿਸਟ ਵੀਜ਼ਾ ਆਪਾਂ ਨੂੰ ਕਿਵੇਂ ਲੈਣਾ ਚਾਹੀਦਾ ਹੈ ਸ਼ੈਨਿਗਨ ਦਾ ਯੂਰਪ ਦਾ ਕਿਹੜੀ ਕੰਟਰੀ ਸਭ ਤੋਂ ਜ਼ਿਆਦਾ ਇਸ ਟਾਈਮ ਵੀਜ਼ਾ ਦੇ ਰਹੀ ਹੈ ਤੇ ਕਿਸ ਦੇ ਲਈ ਇਹ ਮਤਲਬ ਕਿ ਈਜ਼ੀ ਹੈ ਵੀਜ਼ਾ ਲੈਣਾ ਤੇ ਅੱਜ ਆਪਾਂ ਗੱਲ ਕਰਾਂਗੇ ਸ਼ੈਨਿਗਨ ਦੇ ਵਿੱਚ ਆਪਾਂ ਨੂੰ ਕਿਹੜੀ ਕੰਟਰੀ ਦਾ ਵੀਜ਼ਾ ਲੈਣਾ ਚਾਹੀਦਾ ਤੇ ਕੀ ਕੀ ਡਾਕੂਮੈਂਟਸ ਚਾਹੀਦੇ ਆ ਸਾਰਾ ਕੁਝ ਆਪਾਂ ਸਟੈਪ ਬਾਈ ਸਟੈਪ ਏ ਟੂ ਜ਼ेड ਜਾਣਕਾਰੀ ਦੇਵਾਂਗੇ ਸਭ ਤੋਂ ਪਹਿਲਾਂ ਤੇ ਇਹ ਹੈ ਕਿ ਯੂਰਪ ਦੇ ਵਿੱਚ ਆਪਣੇ ਕੋਲੇ 26 ਕੰਟਰੀਆਂ ਹੁੰਦੀਆਂ ਤੇ ਕਰੋਸ਼ੀਆ ਇਸ ਦੇ ਵਿੱਚ ਪਿਛਲੇ ਸਾਲ ਤੋਂ ਪਿਛਲੇ ਸਾਲ ਐਡ ਹੋ ਗਿਆ ਸੀ 27 ਕੰਟਰੀਆਂ ਹੋ ਗਈਆਂ ਰੂਮਾਨੀਆ ਤੇ ਬਲਗਾਰੀਆ ਇੱਕ ਯੂਰਪ ਦਾ ਪਾਰਟ ਤਾਂ ਬਣ ਚੁੱਕਿਆ ਤੇ ਸ਼ੈਨਿਗਨ ਦੇ ਵਿੱਚ ਬਹੁਤ ਹੀ ਜਲਦ ਮਤਲਬ ਕਿ ਹਜੇ ਜੁਆਇਨ ਨਹੀਂ ਕੀਤਾ ਨਹੀਂ ਮਤਲਬ ਕਿ 27-28 ਕੰਟਰੀਆਂ ਦਾ ਵੀਜ਼ਾ ਤੁਸੀਂ ਇੱਕੋ ਟਾਈਮ ਦੇ ਉੱਪਰ ਲੈ ਸਕਦੇ ਹੋ ਹੁਣ ਸਭ ਤੋਂ ਪਹਿਲਾਂ ਤੇ ਇਹ ਅਗੇ ਕੰਟਰੀ ਤੁਸੀਂ ਜਿਹੜੀ ਮਰਜ਼ੀ ਸੈਲੈਕਟ ਕਰ ਲਓ ਤੁਸੀਂ ਆਪਣੀ ਇੱਕ ਆਈਟਿਨਰੀ ਬਣਾਓ ਆਈਟਿਨਰੀ ਦਾ ਕੀ ਮਤਲਬ ਹੈ ਆਈਟਿਨਰੀ ਦਾ ਮਤਲਬ ਹੈ ਕਿ ਤੁਸੀਂ ਉਸ ਆਈਟਿਨਰੀ ਦੇ ਵਿੱਚ ਤਿੰਨ ਕੰਟਰੀਆਂ ਨੂੰ ਸੈਲੈਕਟ ਕਰੋ ਤਿੰਨ ਕੰਟਰੀਆਂ ਨੂੰ ਸੈਲੈਕਟ ਕਰੋ ਉਹਨਾਂ ਤਿੰਨਾਂ ਕੰਟਰੀਆਂ ਦੇ ਵਿੱਚ 3-3 ਦਿਨ ਦੀ ਸਟੇ ਜਾਂ 2-2 ਦਿਨ ਦੀ ਸਟੇ ਐਟ ਲੀਸਟ ਪਾਉਣੀ ਹੈ। 2-2 ਦਿਨ ਦੀ ਸਟੇ ਪਾਉਣੀ ਹੈ ਜਿਸ ਦੇ ਵਿੱਚ ਜਿਵੇਂ ਕਿ ਮੈਂ ਫੋਰ ਐਗਜ਼ਾਮਪਲ ਦੇ ਤੌਰ ਤੇ ਗੱਲ ਕਰੂੰਗਾ ਤੁਹਾਨੂੰ ਕੰਟਰੀਆਂ ਦਾ ਜਿਹੜਾ ਵੀਜ਼ਾ ਅਪਲਾਈ ਕਰਨਾ ਚਾਹੀਦਾ ਉਹ ਸਿਰਫ ਆਪਾਂ ਨੂੰ ਨੀਦਰਲੈਂਡ ਦਾ ਫਰਾਂਸ ਦਾ ਤੇ ਸਵਿਟਜ਼ਰਲੈਂਡ ਦਾ ਅਪਲਾਈ ਕਰਨਾ ਚਾਹੀਦਾ। ਕਿਉਂਕਿ ਇਹਨਾਂ ਤਿੰਨਾਂ ਕੰਟਰੀਆਂ ਦੇ ਜਿਹੜੇ ਵੀਜ਼ੇ ਨੇ ਉਹ 100% ਨੇ ਉਹਦਾ ਰੀਜ਼ਨ ਇਹ ਹੈ ਕਿ ਟੂਰਿਜ਼ਮ ਫਰਾਂਸ ਵਿੱਚ ਵੀ ਬਹੁਤ ਜ਼ਿਆਦਾ ਜਾਂਦੇ ਨੇ ਫਰਾਂਸ ਬਹੁਤ ਸੋਹਣੀ ਕੰਟਰੀ ਹੈ ਤੇ ਸਵਿਟਜ਼ਰਲੈਂਡ ਦੇ ਵਿੱਚ ਬਹੁਤ ਜ਼ਿਆਦਾ ਆਪਣੇ ਟੂਰਿਜ਼ਮ ਜਾਂਦੇ ਨੇ ਕਿਉਂਕਿ ਬਹੁਤ ਸੋਹਣੀ ਕੰਟਰੀ ਹੈ ਵੀ ਉਹਦੇ ਵਿੱਚ ਜਿਹੜੀ ਉਹਨਾਂ ਦੀ ਪਿੰਡ ਦੀ ਲਾਈਫ ਹੈ ਉਹ ਵੀ ਤੁਸੀਂ ਦੇਖੋਗੇ ਕਿ ਇੰਨੀ ਜ਼ਿਆਦਾ ਸੋਹਣੀ ਹੈ ਕਿ ਬੰਦਾ ਉੱਥੇ ਜਾ ਕੇ ਉਹ ਯਾਰ ਵਾਕੇ ਕਿਤੇ ਜ਼ਿੰਦਗੀ ਦੇ ਵਿੱਚ ਇਹ ਚੀਜ਼ ਮੈਂ ਵਿਊ ਦੇਖਿਆ ਨਹੀਂ ਹੋਣਾ ਤੇ ਇੱਕ ਹfte ਨਾਲ ਸੀ ਨੀਦਰਲੈਂਡ ਕੰਟਰੀ ਕਿਉਂਕਿ ਨੀਦਰਲੈਂਡ ਕੰਟਰੀ ਇਹਨਾਂ ਕੰਟਰੀਆਂ ਦੇ ਵਿੱਚ ਟੈਂਪਰੇਚਰ ਹੈ ਨਾ ਉਹ ਸਹੀ ਹੈ ਕੋਈ ਜ਼ਿਆਦਾ ਬਰਫ਼ ਨਹੀਂ ਪੈਂਦੀ ਜ਼ਿਆਦਾ ਠੰਡ ਨਹੀਂ ਪੈਂਦੀ ਕੋਈ ਜ਼ਿਆਦਾ ਗਰਮੀ ਨਹੀਂ ਸੋ ਇਹਨਾਂ ਦਿਨਾਂ ਵਿੱਚ ਤੁਸੀਂ ਜਾ ਸਕਦੇ ਹੋ ਹੁਣ ਨੋਰਮਲ ਮੈਂ ਤੁਹਾਨੂੰ ਗੱਲ ਦੱਸਾਂ ਕਿ ਡਾਕੂਮੈਂਟ ਕੀ ਕੀ ਚਾਹੀਦੇ ਆ ਸਾਰਿਆਂ ਕੋਲੇ ਪਾਸਪੋਰਟ ਹੈਗਾ ਪਾਸਪੋਰਟ ਚਾਹੀਦਾ ਹੈ ਪਾਸਪੋਰਟ ਸਾਈਜ਼ ਫੋਟੋ ਚਾਹੀਦੀ ਹੈ ਹੁਣ ਇਹ ਚੀਜ਼ਾਂ ਡਾਕੂਮੈਂਟ ਨੂੰ ਸਾਰੇ ਛੱਡ ਕੇ ਸਾਰੇ ਸ਼ੈਨਿਗਨ ਦੇ ਵਿੱਚ ਸਾਰੇ ਯੂਰਪ ਦੇ ਵਿੱਚ ਕਿਸੇ ਵੀ ਯੂਰਪ ਦੀ ਕੰਟਰੀ ਦਾ ਜੇ ਤੁਸੀਂ ਵੀਜ਼ਾ ਅਪਲਾਈ ਕਰਨਾ ਸੋ ਇੰਨਾ ਯੂਰਪ ਦੀਆਂ ਕੰਟਰੀਆਂ ਦੇ ਵਿੱਚ ਸਾਰੀਆਂ ਕੰਟਰੀਆਂ ਦੇ ਵਿੱਚ ਆਲ ਮੋਸਟ ਇੱਕੋ ਹੀ ਕਿਸਮ ਦੇ ਡਾਕੂਮੈਂਟ ਲੱਗਣਗੇ ਇਹ ਨਹੀਂ ਹੈਗਾ ਕਿ ਫ੍ਰਾਂਸ ਦੇ ਲਈ ਮੇਰੇ ਡਾਕੂਮੈਂਟ ਆ ਲੱਗਣਗੇ ਸਵਿਟਜ਼ਰਲੈਂਡ ਦੇ ਲਈ ਡਾਕੂਮੈਂਟ ਆ ਲੱਗਣਗੇ ਜਾਂ ਨੀਦਰਲੈਂਡ ਦੇ ਲਈ ਆ ਡਾਕੂਮੈਂਟ ਲੱਗਣਗੇ ਕਿਸੇ ਵੀ ਸ਼ੈਨਿਗਨ ਦੇ ਵਿੱਚ ਜੇ ਤੁਸੀਂ ਆਪਣਾ ਵੀਜ਼ਾ ਅਪਲਾਈ ਕਰਨਾ ਹੈ ਤਾਂ ਡਾਕੂਮੈਂਟ ਸਾਰੀਆਂ ਕੰਟਰੀਆਂ ਦੇ ਲਈ ਇੱਕੋ ਹੀ ਲੱਗਣਗੇ ਸੋ ਫਰਕ ਸਿਰਫ ਇਹ ਹੁੰਦਾ ਕਿ ਜਿਹੜਾ ਤੁਸੀਂ ਐਪਲੀਕੇਸ਼ਨ ਫਾਰਮ ਜਿਹੜਾ ਤੁਸੀਂ ਆਪਣਾ ਐਪਲੀਕੇਸ਼ਨ ਫਾਰਮ ਨੂੰ ਫਿਲ ਕੀਤਾ ਸੋ ਸਿਰਫ ਐਪਲੀਕੇਸ਼ਨ ਫਾਰਮ ਫਿਲ ਕਰਨ ਦੇ ਵਿੱਚ ਜਿਹੜੀ ਮਤਲਬ ਕਿ ਆਪਾਂ ਮੈਥਡ ਯੂਜ਼ ਕੀਤਾ ਹੈ ਕਿ ਉਹ ਆਨਲਾਈਨ ਫਿਲ ਕਰਨਾ ਹੈ ਜਾਂ ਪੈਨ ਨਾਲ ਫਿਲ ਕਰਨਾ ਹੈ ਜਾਂ ਉਹ ਪੋਰਟਲ ਦੇ ਉੱਪਰ ਜਾ ਕੇ ਫਿਲ ਕਰਨਾ ਹੈ ਸੈਕਿੰਡ ਹੀ ਡਿਫਰੈਂਸ ਹੋਊਗਾ ਕਿ ਇਸ ਕੰਟਰੀ ਦੀ ਅਪ pointment ਆਪਾਂ ਨੂੰ ਕਿਵੇਂ ਮਿਲਦੀ ਹੈ ਸਲੋਟ ਤੋਂ ਮਿਲਦੀ ਹੈ ਜਾਂ ਆਪਾਂ ਡਿਟੇਲ ਲਿਖ ਕੇ ਡਾਇਰੈਕਟ ਅੰਬੈਸੀ ਨੂੰ ਮੇਲ ਕਰਨੀ ਹੈ ਜਾਂ ਪਹਿਲਾਂ ਜਿਵੇਂ ਸਵਿਟਜ਼ਰਲੈਂਡ ਦੇ ਵਿੱਚ ਆਪਾਂ ਪਹਿਲਾਂ ਪ੍ਰੋਪਰ ਫੁੱਲ ਐਪਲੀਕੇਸ਼ਨ ਫਾਰਮ ਨੂੰ ਫਿਲ ਕਰਕੇ ਫਿਰ ਆਪਾਂ ਨੂੰ ਅਪ pointment ਦਾ ਪਤਾ ਲੱਗਦਾ ਸੋ ਸਿਰਫ ਇਹ ਫਰਕ ਹੈ ਹੋਰ ਇਹਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਫਰਕ ਨਹੀਂ ਹੈਗਾ ਤਿੰਨਾਂ ਕੰਟਰੀਆਂ ਦੇ ਵਿੱਚ ਵੀਜ਼ੇ ਦੀ ਰੇਸ਼ਿਓ ਆਲਮੋਸਟ ਸੀਮ ਹੈ ਪਰ ਕੀ ਕਿ ਮੈਟਰ ਕਰਦਾ ਹੈ ਕਿ ਤੁਹਾਨੂੰ ਜਲਦੀ ਅਪਾਇੰਟਮੈਂਟ ਕਿਹੜੀ ਕੰਟਰੀ ਦੀ ਮਿਲ ਰਹੀ ਹੈ ਕਿਹੜੀ ਮਤਲਬ ਕਿ ਇਹਨਾਂ ਕੰਟਰੀਆਂ ਦੇ ਵਿੱਚ ਤੁਹਾਨੂੰ ਕਿਹੜੀ ਈਜ਼ੀਲੀ ਅਪਾਇੰਟਮੈਂਟ ਮਿਲ ਜੂਗੀ ਸਾਰੀਆਂ ਇਹਨਾਂ ਦੇ ਵਿੱਚ ਜਿਹੜੀ ਆਪਣੀ ਐਮਬੈਸੀ ਫੀਸ ਆਉਂਦੀ ਹੈ 7100 ਰੁਪਿਆ ਆਉਗੀ 7100 7000 ਰੁਪਿਆ ਆਉਂਦੀ ਹੈ ਤੇ VFS ਦਾ ਚਾਰਜਸ ਆਪਣਾ 2500 ਰੁਪਿਆ ਹੁੰਦਾ ਹੈ ਜਿਹੜੀਆਂ ਕਿ ਤੁਹਾਨੂੰ ਪਤਾ ਹੈ ਆਲਮੋਸਟ ਸਾਰੇ ਕਿਤੇ ਸੇਮ ਹੁੰਦਾ ਨੀਅਰ ਬਾਊਟ 10 ਕ ਹਜ਼ਾਰ ਰੁਪਿਆ 500 ਰੁਪਿਆ ਆਪਣਾ ਕੋਰੀਅਰ ਚ ਸਰਵਿਸ ਚਾਰजेस ਹੁੰਦਾ ਮਤਲਬ ਕਿ 10000 ਰੁਪਿਆ ਇਨਕਲੂਡਡ ਟੋਟਲ ਆਪਣਾ ਖਰਚ ਆ ਜਾਂਦਾ ਹੁਣ ਡਾਕੂਮੈਂਟਸ ਇਹ ਤਾਂ ਹੋ ਗਏ ਸਾਰੇ ਜਿਹੜਾ ਵੀਜ਼ਾ ਆਉਣਾ ਹੈ ਵੀਜ਼ਾ ਕਿਸ ਟੂ ਜਨੋਂ ਆਣਾ ਸਭ ਤੋਂ ਪਹਿਲਾਂ ਤਾਂ ਜੇ ਤੁਹਾਡੇ ਕੋਲੇ ਕਿਸੇ ਕੰਟਰੀ ਦੀ ਟਰੈਵਲ ਹਿਸਟਰੀ ਹੈਗੀ ਹੈ ਜੇ ਤੁਸੀਂ ਪਹਿਲਾਂ ਸਿੰਗਾਪੁਰ ਮਲੇਸ਼ੀਆ థਾਈਲੈਂਡ ਬੇਤਨਾਮ ਦੁਬਈ ਜਾਂ ਇਹਨਾਂ ਕੰਟਰੀਆਂ ਵਿੱਚ ਜਾ ਕੇ ਆਏ ਹੋ ਉਹਨਾਂ ਕੰਟਰੀਆਂ ਦੀ ਆਪਣੀ ट्रैवल ਹਿਸਟਰੀ ਨਾਲ ਬਣਾਓ ਜੇ ਹੁਣ ਤੁਹਾਨੂੰ ਪਤਾ ਹੈ ਕਿ ਕਈ ਏਜੰਟ ਕਹਿੰਦੇ ਜੀ ਮੈਂ 7 ਲੱਖ ਰੁਪਏ ਲਵਾਂਗਾ 6 ਨਹੀਂ ਕਹਿੰਦਾ ਮੈਂ 10 ਲੱਖ ਰੁਪਏ ਲਵਾਂਗਾ ਸੋ ਉਹਨਾਂ ਵਿੱਚ ਕੀ ਰੋਲ ਹੈ ਉਹਨਾਂ ਨੇ ਜਿਹੜੇ ਪੈਸੇ ਲੈਣੇ ਆ ਉਹ ਉਹਨਾਂ ਦੇ ਆਪਦੇ ਆ ਉਹਨਾਂ ਨੇ ਸਿਰਫ ਇੱਕ ਫਾਈਲ ਨੂੰ ਰੈਡੀ ਕਰਨਾ ਹੈ ਸਿਰਫ ਇੱਕ ਡਾਕੂਮੈਂਟ ਤੁਹਾਡੇ ਬਣਾ ਕੇ ਇੱਕ ਫੇਕ ਡਾਕੂਮੈਂਟ ਲਾਉਣੇ ਆ ਜੇ ਵੀਜ਼ਾ ਨਿਕਲ ਗਿਆ ਤਾਂ ਠੀਕ ਹੈ ਨਹੀਂ ਨਿਕਲਿਆ ਤਾਂ ਤੁਹਾਨੂੰ ਪਤਾ ਹੈ ਕਿ ਵੀਜ਼ਾ ਰਿਜੈਕਟ ਤੁਹਾਡਾ ਹੋਣਾ ਉਹ ਇੱਕ ਗੇਮ ਖੇਡਨੀ ਹੈ ਸੋ ਇਹਨਾਂ ਚੀਜ਼ਾਂ ਵਿੱਚ ਬਿਲਕੁਲ ਵੀ ਨਾ ਪਾਓ ਸੋ ਮੈਂ ਤੁਹਾਨੂੰ ਇਹ ਕਹੂੰਗਾ ਕਿ ਡਾਕੂਮੈਂਟਸ ਨੂੰ ਪ੍ਰਪੇਅਰ ਕਰੋ ਜੇ ਤੁਹਾਨੂੰ ਲੱਗਦਾ ਹੈ ਕਿ ਮੈਂ 7 ਲੱਖ ਰੁਪਏ ਉਹਨਾਂ ਨੂੰ ਦੇਣਾ ਹੈ ਮੈਂ 100% ਸ਼ੈਣੀ ਗੰਦਾ ਵੀਜ਼ਾ ਲੈਣਾ ਹੈ ਫਿਰ ਆਪਣੀ ਇੱਕ ਟਰੈਵਲ ਹਿਸਟਰੀ ਬਣਾਓ ਜਿਵੇਂ ਕਿ ਸਿੰਗਾਪੁਰ ਮਲੇਸ਼ੀਆ థਾਈਲੈਂਡ ਬੀਤ ਨਾਮ ਕੰਬੋਡੀਆ ਹਨਾ ਜਾਂ ਦਬਈ ਜਾਵੜੋ ਉਸ ਤੋਂ ਬਾਅਦ ਜਾਪਾਨ ਜ਼ਰੂਰ ਜਾਓ ਕਿਉਂਕਿ ਜਾਪਾਨ ਕਿਉਂ ਮੈਂ ਕਹਿ ਰਿਹਾ ਕਿਉਂਕਿ ਜਾਪਾਨ ਦਾ ਜਿਹੜਾ ਪਾਸਪੋਰਟ ਹੈ ਨਾ ਉਹ ਤੀਜੇ ਨੰਬਰ ਤੇ ਆਉਂਦਾ ਦੂਜੀ ਗੱਲ ਇਹ ਹੈ ਕਿ ਇਸ ਦਾ ਬਹੁਤ ਸਟਰੋਂਗ ਪਾਸਪੋਰਟ ਹੈ ਜਾਪਾਨ ਦੇ ਵੀਜ਼ੇ ਨਾਲ ਤੁਸੀਂ ਡਾਇਰੈਕਟ ਯੂਐਸਏ ਦਾ ਵੀਜ਼ਾ ਲੈ ਸਕਦੇ ਹੋ ਤੁਸੀਂ ਇਮੀਡੀਐਂਟਲੀ ਸਾਊਥ ਕੋਰੀਆ ਦਾ ਵੀਜ਼ਾ ਲੈ ਸਕਦੇ ਹੋ ਤੁਸੀਂ ਯੂਰਪ ਦਾ ਵੀਜ਼ਾ ਲੈਣਾ ਤੁਹਾਨੂੰ ਬਹੁਤ ਹੀ ਇਜ਼ੀ ਹੋ ਜਾਊਗਾ ਕਿਉਂਕਿ ਤੁਸੀਂ ਇੱਕ ਬਹੁਤ ਹੀ ਸੋਹਣੀ ਕੰਟਰੀ ਤੋਂ ਤੁਸੀਂ ਦੁਬਾਰਾ ਵਾਪਸ ਆਗੇ ਜਾਪਾਨ ਦਾ ਵੀਜ਼ਾ ਮੈਂ ਕਿਉਂ ਸੁਜੈਸਟ ਕੀਤਾ ਕਿਉਂਕਿ ਇੱਕ ਤਾਂ ਇਹਦੀ ਵੈਲਿਊ ਹੈ ਦੂਜੀ ਸਿਰਫ ਅੰਬੈਸੀ ਫੀਸ ਸਿਰਫ 500 ਰੁਪਿਆ ਆਉਂਦੀ ਹੈ ਇਨ ਕੇਸ ਵੀਜ਼ਾ ਨਹੀਂ ਲੱਗਦਾ ਉਹ 500 ਰੁਪਿਆ ਵੀ ਤੁਹਾਡਾ ਰਫਾਂਡੇ ਵਾਲਾ ਤੀਜੀ ਚੀਜ਼ ਇਹ ਹੈ ਕਿ ਸਿਰਫ 4 ਦਿਨ ਦੇ ਵਿੱਚ ਵਰਕਿੰਗ 4 ਡੇਜ਼ ਦੇ ਵਿੱਚ ਜੇ ਤੁਸੀਂ ਮੈਨੂੰ ਅੱਜ ਕਹਿ ਦੋਗੇ ਮੈਂ ਅੱਜ ਵੀ ਐਸੀ ਟਾਈਮ ਫਰੇਮ ਰੈਡੀ ਕਰਕੇ ਇੱਕ ਜਾਂ ਦੋ ਦਿਨ ਦੇ ਵਿੱਚ ਤੁਹਾਨੂੰ ਦੇ ਦਾਂਗੇ ਸੋ ਜਾਪਾਨ ਦਾ ਵੀਜ਼ਾ ਸਿਰਫ 4 ਦਿਨ ਦੇ ਵਿੱਚ ਤੁਹਾਡਾ ਲੱਗ ਕੇ ਤੁਹਾਡੇ ਕੋਲ ਆ ਜਾਂਦਾ ਹੈ ਇਤੋਂ ਤੱਕ ਕਿਹੜਾ ਗਾਰੰਟੀ ਲੈ ਲੂਗਾ ਜੇ ਤੁਹਾਡਾ ਜਾਪਾਨ ਦਾ ਵੀਜ਼ਾ ਨਹੀਂ ਲੱਗਿਆ ਤਾਂ ਤੁਹਾਡੀ ਐਮਬੈਸੀ ਫੀਸ ਤੱਕ ਵੀ ਰਿਫੰਡੇਬਲ ਹੈ ਇਹ ਚੀਜ਼ ਵੈਬਸਾਈਟ ਤੇ ਉਹਨਾਂ ਨੇ ਲਿਖ ਕੇ ਦਿੱਤੀ ਹੋਈ ਹੈ ਮੈਂ ਗਾਰੰਟੀ ਕਰਦਾ ਫਿਰ ਤੁਹਾਡਾ ਵੀਜ਼ਾ ਆਊਗਾ ਐਵੇਂ ਨਾ ਚੱਕਰ ਚ ਪੋ ਵੀ ਮੈਂ ਰਸ਼ੀਆ ਵੀ ਜਾ ਆਵਾਂ ਮੈਂ ਕਿਜ਼ਾਕਿਸਤਾਨ ਜਾਇਆ ਮੈਂ ਬੇਲਾਰੂਸ ਜਾਇਆ ਮੈਂ ਮੈਂ ਆਪਣਾ ਬਲਗਾਰੀਆ ਜਾਇਆ ਮੈਂ ਇੰਨਾ ਜਿਆਦਾ ਮਤਲਬ ਕਿ ਖਰਚਾ ਆ ਜਾਂਦਾ ਜਿਆਦਾ ਇੰਨਾਂ ਜੀ ਚੱਕਰਾਂ ਚ ਨਾ ਪੋ ਜੇ ਤੁਸੀਂ ਸਿੰਗਾਪੁਰ ਮਲੇਸ਼ੀਆ ਥਾਈਲੈਂਡ ਜਾਂ ਜਾਪਾਨ ਜਾਂ ਕੰਬੋਡੀਆ ਜਾਂ ਸਾਊਥ ਕੋਰੀਆ ਜਾਵੋਗੇ ਬੱਤਵਾ ਟੋਟਲ ਸਾਲਾ 3-4 ਲੱਖ ਰੁਪਏ ਲੱਗੂਗਾ ਅਬਲਾ ਜੇ ਤੁਹਾਡੇ ਕੋਲੇ ਚੰਗੀ ਜੋ ਪ੍ਰੋਫਾਈਲ ਹੈ ਤੁਹਾਡੇ ਕੋਲੇ ਮਤਲਬ ਕਿ ਚੰਗਾ ਬੈਂਕ ਬੈਲੈਂਸ ਆਉਂਦਾ ਸੈਲਰੀ ਤੁਹਾਡੇ ਅਕਾਊਂਟ ਵਿੱਚ ਆਉਂਦੀ ਹੈ ਸੋ ਸ਼ੈਨੀਗਨ ਦੇ ਵਿੱਚ ਸਾਰੀਆਂ ਕੰਟਰੀਆਂ ਦੇ ਲਈ 3 ਮਹੀਨੇ ਦੀ ਸਟੇਟਮੈਂਟ ਚਾਹੀਦੀ ਹੈ ਬੈਂਕ ਦੀ ਜੇ ਤੁਹਾਡੇ ਕੋਲੇ ਬੈਂਕ ਦੀ ਲੇਟੈਸਟ ਤੁਸੀਂ ਨਵਾਂ ਅਕਾਊਂਟ ਓਪਨ ਕਰਵਾਇਆ ਹੈ ਜੇ ਤੁਸੀਂ ਕਿਸੇ ਨੂੰ ਕਹਿ ਦੋਗੇ ਕਿ ਨਵਾਂ ਅਕਾਊਂਟ ਓਪਨ ਕਰਵਾਓ ਉਹਦੇ ਵਿੱਚ ਬੈਲੈਂਸ ਪਾਓ 3 ਮਹੀਨੇ ਦੀ ਤੁਹਾਡੀ ਸਟੇਟਮੈਂਟ ਨਹੀਂ ਬਣਨੀ ਥੈਂ ਤੁਹਾਡੀ ਸਟੇਟਮੈਂਟ ਬਿਲਕੁਲ ਵੀ ਅਕਸੈਪਟ ਨਹੀਂ ਹੋਣੀ 3 ਮਹੀਨੇ ਦੀ ਸਟੇਟਮੈਂਟ ਚਾਹੀਦੀ ਹੈ 3 ਮਹੀਨੇ ਦੀਆਂ ਸੈਲਰੀ ਸਲਿੱਪਾਂ ਚਾਹੀਦੀਆਂ 3 ਸਾਲ ਦੀਆਂ ਇਨਕਮ ਟੈਕਸ ਦੀਆਂ ਆਈਟੀਆਰ ਚਾਹੀਦੀਆਂ 4 ਤੋਂ ਲੈ ਕੇ 5 ਲੱਖ ਰੁਪਏ ਬੈਂਕ ਬੈਲੈਂਸ ਚਾਹੀਦਾ ਜੇ ਤੁਸੀਂ ਐਗਰੀਕਲਚਰ ਕਰਦੇ ਹੋ ਫਿਰ ਸਾਨੂੰ ਜੇ ਫਾਰਮ ਚਾਹੀਦੇ ਆ ਫਿਰ ਸਾਨੂੰ ਫਰਦ ਚਾਹੀਦੇ ਜਿਹੜੀ ਕਿ ਇੰਗਲਿਸ਼ ਦੇ ਵਿੱਚ ਟਰਾਂਸਲੇਟ ਹੋਵੇ ਜੇ ਤੁਸੀਂ ਗਵਰਨਮੈਂਟ ਜੌਬ ਕਰਦੇ ਹੋ ਫਿਰ ਸਾਨੂੰ ਫਾਰਮ 16 ਇਸ ਦੇ ਨਾਲ ਚਾਹੀਦੇ ਆ ਦੈਨ ਜੇ ਤੁਸੀਂ ਕੋਈ ਬਿਜ਼ਨਸ ਕਰਦੇ ਹੋ ਫਿਰ ਸਾਨੂੰ ਐਮਐਸਐਮਈ ਦਾ ਜਾਂ ਆਪਣਾ ਉਦਯੋਗ ਸੇਮ ਹੁੰਦਾ ਹੈ ਜਾਂ ਜੀਐਸਟੀ ਨੰਬਰ ਜਿਹੜਾ ਤੁਹਾਡਾ ਹੁੰਦਾ ਹੈ ਜਾਂ ਤੁਸੀਂ ਆਪਣੇ ਆਪਣੀ ਆਈਟੀਆਰ ਭਰੀ ਹੋਈ ਹੈ ਆਈਟੀਆਰ ਚਾਹੀਦੀ ਹੈ ਜਾਂ ਇਸ ਤਰ੍ਹਾਂ ਦੇ ਨਾਲ ਕੋਈ ਬਿਜ਼ਨਸ ਦਾ ਜਿਵੇਂ ਸ਼ਾਪ ਪੈਕਟ ਕਹਿ ਦਿੰਨੇ ਆ ਜਾਂ ਕੋਈ ਵਿਜ਼ਿਟਿੰਗ ਕਾਰਡ ਹੈ ਇਹ ਡਾਕੂਮੈਂਟ ਸਾਨੂੰ ਤੁਹਾਡੇ ਸ਼ਾਪ ਦੇ ਚਾਹੀਦੇ ਆ ਪਲੱਸ ਪੁਆਇੰਟ ਦੇ ਵਿੱਚ ਇਹ ਆ ਜਾਂਦਾ ਜੇ ਤੁਹਾਡੇ ਕੋਲ ਕੋਈ ਸੀਆ ਰਿਪੋਰਟ ਹੈਗੀ ਹੈ ਜਿਸ ਵਿੱਚ ਤੁਸੀਂ ਲਿਖ ਦੋਗੇ ਕਿ ਮੇਰੇ ਕੋਲੇ ਇੰਨੀ ਜ਼ਮੀਨ ਹੈ ਇੰਨਾ ਮੇਰੇ ਕੋਲ 골ਡ ਹੈ 골ਡ ਵੈਲਿਊਏਸ਼ਨ ਜ਼ਰੂਰ ਪਾਓ ਗੋਲਡ ਵੈਲਿਊੇਸ਼ਨ ਪਵਾ ਕੇ ਸੋਨਾ ਸੁਨਿਆਰੇ ਤੋਂ ਲਿਖਾ ਕੇ ਕਿ ਮੇਰੇ ਕੋਲ 12 ਲੱਖ 10 ਲੱਖ 5 ਲੱਖ ਦਾ ਗੋਲਡ ਹੈ ਉਹਦੀ ਇੰਨੀ ਵੈਲਿਊ ਹੈ ਉਹਦਾ ਡਾਕੂਮੈਂਟ ਤੁਸੀਂ ਲੱਗ ਤੋਂ ਲਗਾਓ ਜੇ ਤੁਹਾਡੇ ਕੋਲੇ ਕੋਈ ਟਰੈਕਟਰ ਖੜੇ ਨਹੀਂ ਕੋਈ ਮਸ਼ੀਨਰੀ ਕੋਈ ਵੀ ਮਸ਼ੀਨਰੀ ਹੈ ਕੋਈ ਕੰਬੈਨ ਹੈ ਸੋ ਉਹਨਾਂ ਚੀਜ਼ਾਂ ਦੀ ਵੈਲਿਊ ਜ਼ਰੂਰ ਪਾਓ ਚਾਹੇ ਦੀ ਉਹ ਵਾਈਕ ਵੀ ਹੈ ਪਰ ਉਸ ਦੀ ਵੈਲਿਊ ਐਟ ਲੀਸਟ 50000 ਤੋਂ ਉੱਪਰ ਹੋਣੀ ਜ਼ਰੂਰੀ ਹੈ ਤੇ ਮੋਬਾਈਲਾਂ ਦੀ ਵੈਲਿਊ ਵਗੈਰਾ ਨਾਲ ਪਾਉਣ ਲੱਗ ਜੋਗੇ ਤੇ ਤੇ ਪੈਸੇ ਦੀ ਕੈਸ਼ ਦੀ ਵੈਲਿਊ ਪਾ ਲਿਓ ਵੀ ਲੱਖ ਰੁਪਇਆ ਜਾਂ 50000 ਰੁਪਇਆ ਕੈਸ਼ ਹੁਣ ਉਹ ਵੈਲਿਊ ਤੁਸੀਂ ਉਹਦੇ ਨਾਲ ਤੁਸੀਂ ਆਪਣੇ ਕੋਠੀ ਦੀ ਫੋਟੋ ਪਵਾਇਓ ਜਿਹੜੀ ਤੁਹਾਡਾ ਘਰ ਹੋਊਗਾ ਉਹਦੀ ਵੈਲਿਊ ਪਾ ਲਿਓ ਉਹ 5000 ਦੇ ਵਿੱਚ ਸੀ ਰਿਪੋਰਟ ਬਣ ਜਾਂਦੀ ਹੈ ਇਹ ਡਾਕੂਮੈਂਟਸ ਤੁਹਾਡੇ ਜ਼ਰੂਰੀ ਨੇ ਜਿਨ੍ਹਾਂ ਨਾਲ ਤੁਹਾਡਾ ਵੀਜ਼ਾ ਆਉਣ ਦੇ 100% ਚਾਂਸ ਨੇ ਇਹਨਾਂ ਦਿਨਾਂ ਦੇ ਵਿੱਚ ਦੂਜੀ ਗੱਲ ਹੋਰ ਜੇ ਕੋਈ ਪਰਸਨ ਤੁਹਾਡਾ ਉੱਥੇ ਰਹਿ ਰਿਹਾ ਯੂਰਪ ਦੇ ਵਿੱਚ ਜੇ ਉੱਪਰ ਲਗਾ ਜੂਰੀ ਨਹੀਂ ਕਿ ਆਪਣਾ ਨੀਦਰਲੈਂਡ 'ਚ ਹੋਵੇ ਸ਼ੈਣੀਗਨ ਦੀ ਕਿਸੇ ਵੀ ਕੰਟਰੀ ਵਿੱਚ ਰਹਿ ਰਿਹਾ ਹੈ ਫਿਰ ਤੁਸੀਂ ਉਸ ਪਰਸਨ ਤੋਂ ਸਪான்ਸਰ ਲੈਟਰ ਮੰਗਵਾ ਸਕਦੇ ਹੋ ਸਪான்ਸਰ ਲੈਟਰ ਬਾਏ ਮੇਲ ਨਹੀਂ ਚੱਲੂਗਾ ਜੇ ਤੁਹਾਨੂੰ ਉਹ ਕੋਰੀਅਰ ਕਰੂਗਾ ਸਿਰਫ ਕੋਰੀਅਰ ਹੀ ਅਕਸੈਪਟ ਹੋਊਗਾ ਤੇ ਉਹ ਸਪான்ਸਰ ਲੈਟਰ ਦੀ ਵੈਲਿਡਿਟੀ ਸਿਰਫ 6 ਮਹੀਨੇ ਤੱਕ ਹੋਊਗੀ ਐਂਡ ਡਾਇਰੈਕਟ ਤੁਸੀਂ ਫਾਇਲ ਆਪ ਜਮਾ ਕਰਵਾ ਕੇ ਆਉਂਗੇ ਉੱਥੇ ਜਾ ਕੇ ਦੂਜੀ ਚੀਜ਼ ਇਹ ਹੈ ਕਿ ਫਾਇਲ ਤੁਸੀਂ ਕਿਸੇ ਏਜੰਟ ਨੂੰ ਵੀ ਕਹਿ ਸਕਦੇ ਹੋ ਵੀ ਜੇ ਕੋਈ ਜਮ੍ਹਾਂ ਕਰਵਾ ਸਕੇ ਬਟ ਉਸ ਦੇ ਲਈ ਇੱਕ ਆਪਣਾ ਡੈਕਲੇਰੇਸ਼ਨ ਫਾਰਮ ਹੁੰਦਾ ਤੁਹਾਨੂੰ ਫਿਲ ਕਰਨਾ ਪੈਂਦਾ ਬਟ ਜੇ ਤੁਹਾਡੇ ਪਹਿਲਾਂ ਫਿੰਗਰਪ੍ਰਿੰਟ ਹੋਏ ਨੇ ਜੇ ਪਹਿਲਾਂ ਨਹੀਂ ਹੋਏ ਫਿਰ ਤੁਹਾਨੂੰ ਆਪਣੇ ਆਪ ਜਾ ਕੇ ਫਾਇਲ ਜਮ੍ਹਾਂ ਕਰਵਾਉਣੀ ਪਊਗੀ ਜੇ ਬੱਚੇ ਦੀ ਉਮਰ 18 ਸਾਲ ਦੀ ਹੈ ਜਾਂ 18 ਸਾਲ ਤੋਂ ਘੱਟ ਹੈ ਬੱਚੇ ਦੇ ਨਾਲ ਜਾਣਾ ਜੇ ਪੇਰੈਂਟਸ ਦੋਨਾਂ ਦੇ ਨਾਲ ਜਾ ਰਹੇ ਫਿਰ ਕੋਈ ਚੱਕਰ ਨਹੀਂ ਬਟ ਬੱਚੇ ਦਾ ਬਰਥ ਸਰਟੀਫਿਕੇਟ ਨਾਲ ਲੱਗੂਗਾ ਜੇ ਪੇਰੈਂਟਸ ਇੱਕ ਜਾ ਰਹੇ ਫਿਰ ਦੂਜੇ ਪੇਰੈਂਟਸ ਵੱਲੋਂ ਕਨਸੈਂਟ ਫਾਰਮ ਲਿਖ ਕੇ ਲੈਣਾ ਕਿ ਮੈਨੂੰ ਕੋਈ ਦਿੱਕਤ ਨਹੀਂ ਇਹ ਬੱਚਾ ਮਤਲਬ ਕਿ ਬਾਹਰ ਘੁੰਮਣ ਫਿਰਨ ਦੇ ਲਈ ਜਾਂ ਆਪਣੇ ਫਾਦਰ ਦੇ ਨਾਲ ਜਾ ਸਕਦਾ ਹੁਣ ਇਹ ਡਾਕੂਮੈਂਟਸ ਜ਼ਰੂਰੀ ਨੇ ਜਿਨ੍ਹਾਂ ਨਾਲ ਤੁਹਾਡਾ ਵੀਜ਼ਾ ਆਊਗਾ ਜਿਹੜੇ ਮੇਨ ਡਾਕੂਮੈਂਟ ਨੇ ਮੈਂ ਦੁਬਾਰਾ ਰਿਪੀਟ ਕਰਦਾ ਆ ਇਟਰਨਰੀ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਸ ਵਿੱਚ ਤੁਸੀਂ ਪ੍ਰੋਪਰ ਲਿਖੋਗੇ ਮੈਂ 3 ਮਹੀਨੇ 3 ਦਿਨ ਨੀਦਰਲੈਂਡ ਦੇ ਵਿੱਚ ਮੈਂ ਏਸ ਏਸ ਜਗ੍ਹਾ ਦੇ ਉੱਪਰ ਘੁੰਮੂਗਾ ਉਸ ਤੋਂ ਬਾਅਦ ਮੈਂ ਇਸ ਜਗ੍ਹਾ ਦੇ ਵਿੱਚ ਘੁੰਮ ਕੇ ਇੱਥੋਂ ਮੈਂ ਟ੍ਰੇਨ ਵੀ ਲਵਾਂਗਾ ਮੈਂ ਇੱਥੋਂ ਟ੍ਰੇਨ ਤੋਂ ਲੈ ਕੇ ਬੱਸ ਵੀ ਲਵਾਂਗਾ ਹੋ ਸਕਦਾ ਟ੍ਰੇਨ ਦੀ ਟਿਕਟ ਜਾਂ ਬੱਸ ਦੀ ਟਿਕਟ ਕੋਈ ਆਨਲਾਈਨ ਹੁੰਦੀ ਆ ਆਨਲਾਈਨ ਫਿਲ ਕੀਤੀ ਵੀ ਨਾਲ ਭੇਜ ਦਿਓ ਹੋਟਲ ਦਾ ਬੁਕਿੰਗ ਭੇਜਣੀ ਹੈ ਹੋਟਲ ਬੁਕਿੰਗ ਕਨਫਰਮ ਹੋਣੀ ਚਾਹੀਦੀ ਹੈ ਟਿਕਟ ਵੀ ਤੁਸੀਂ ਕੋਸ਼ਿਸ਼ ਕਰੋ ਕਿ ਆਪਣੇ ਕਨਫਰਮ ਹੀ ਲਗਾਓ ਕਿਉਂਕਿ ਕਨਫਰਮ ਟਿਕਟ ਉਹ ਲਗਾਓ ਜਿਹੜੀ ਰਿਫੰਡੇਬਲ ਹੋਵੇ ਇਨ ਕੇਸ ਵੀਜ਼ਾ ਤੁਹਾਡਾ ਰਿਜੈਕਟ ਹੋ ਜਾਂਦਾ ਤਾਂ ਤੁਹਾਡੀ ਜਿਹੜੀ ਟਿਕਟ ਹੈ ਉਹ ਰਿਫੰਡ ਹੋ ਸਕਦੀ ਹੈ ਸੋ ਟੂਰਿਸਟ ਵੀਜ਼ੇ ਦੇ ਆਪਾਂ ਵੀਡੀਓ ਤਾਂ ਬਣਾ ਰਹੇ ਨੇ ਬਣਾ ਰਹੇ ਹਾਂ ਕਿਉਂਕਿ ਮੈਂ ਕੋਈ ਦਿਖਾਉਂਗਾ ਨਹੀਂ ਬਟ ਇਹ ਹੈ ਕਿ ਸਿਰਫ ਵੀਜ਼ੇ ਇਸ ਟਾਈਮ ਆ ਰਹੇ ਨੇ ਸ਼ੈਨਿਗਨ ਦਾ ਟੂਰਿਸਟ ਵੀਜ਼ਾ ਤੁਸੀਂ ਕਿਸੇ ਵੀ ਕੰਟਰੀ ਦਾ ਆਪਣੇ ਅਕੋਰਡਿੰਗ ਅਪਲਾਈ ਕਰ ਸਕਦੇ ਹੋ ਸੋ ਇਹਨਾਂ ਦੇਸ਼ਾਂ ਦਾ ਵੀਜ਼ਾ ਤੁਸੀਂ इजीली ਲੈ ਸਕਦੇ ਹੋ ਕਿਉਂਕਿ ਐਸ ਟਾਈਮ ਵੀਜ਼ੇ ਲੱਗ ਰਹੇ ਨੇ ਮੈਂ ਫਿਰ ਕਹਿਣਾ ਬਟ ਡਿਪੈਂਡ ਕਰਦਾ ਤੁਹਾਡੀ ਪ੍ਰੋਫਾਈਲ ਡਿਪੈਂਡ ਕਰਦਾ ਕਿ ਤੁਹਾਡੇ ਕੋਲੇ 3 ਮਹੀਨੇ ਦੀ ਸਟੇਟਮੈਂਟ ਹੈਗੀ ਹੈ ਤੁਹਾਡੇ ਕੋਲੇ ਬੈਂਕ ਬੈਲੈਂਸ ਦੇ ਵਿੱਚ ट्रांजੈਕਸ਼ਨਾਂ ਹੋਈਆਂ ਹੋਈਆਂ ਤੁਹਾਡੇ ਕੋਲੇ ਆਈਟੀਆਰ ਭਰੀ ਹੋਈ ਹੈ ਜੇ ਤੁਸੀਂ ਕੋਈ ਜੌਬ ਨਹੀਂ ਕਰਦੇ ਬਿਲਕੁਲ ਫਰੈਸ਼ ਹੋ ਫਿਰ ਮੈਂ ਤੁਹਾਨੂੰ ਸੁਜੈਸਟ ਨਹੀਂ ਕਰੂੰਗਾ ਕਿ ਤੁਸੀਂ ਸ਼ਾਇਨਗਨ ਦਾ ਵੀਜ਼ਾ ਅਪਲਾਈ ਕਰੋ ਫਿਰ ਤੁਹਾਨੂੰ ਅਪਲਾਈ ਕਰਨਾ ਚਾਹੀਦਾ ਜਾਪਾਨ ਦਾ ਵੀਜ਼ਾ ਪਰ ਜਾਪਾਨ ਦੇ ਵੀਜ਼ੇ ਲਈ ਵੀ ਕਟੋ ਕਟ 6 ਮਹੀਨੇ ਦੀ ਸਟੇਟਮੈਂਟ ਚਾਹੀਦੀ ਹੈ 6 ਮਹੀਨੇ ਦੀ ਸਟੇਟਮੈਂਟ ਚਾਹੀਦੀ ਹੈ 3 ਸਾਲ ਦੀਆਂ ਆਈਟੀਆਰ ਚਾਹੀਦੀਆਂ ਜਾਪਾਨ ਦੇ ਵੀਜ਼ੇ ਲਈ ਕੋਈ ਵੀ ਸੀ ਰਿਪੋਰਟ ਨਹੀਂ ਚਾਹੀਦੀ 6 ਮਹੀਨੇ ਦੀ ਸਟੇਟਮੈਂਟ ਜ਼ਰੂਰੀ ਹੈ ਤੇ ਆਈਟੀਆਰ ਹੋ ਗਈਆਂ ਇਹ ਚੀਜ਼ਾਂ ਤਾਂ ਬਹੁਤ ਜ਼ਰੂਰੀ ਨੇ ਇਹ ਚੀਜ਼ਾਂ ਨੂੰ ਆਪਣੀ ਨੂੰ ਮੈਂਟੇਨ ਰੱਖੋ ਤਿਆਰੀ ਰੱਖੋ ਸੋ ਜੇ ਤੁਸੀਂ ਕਿਸੇ ਵੀ ਕੰਟਰੀ ਦਾ ਸ਼ੈਨੀਗਨ ਦਾ ਵੀਜ਼ਾ ਅਪਲਾਈ ਕਰਨਾ ਹੈ ਜਾਂ ਲੈਣਾ ਚਾਹੁੰਦੇ ਹੋ ਮੇਰੇ ਦਿੱਤੇ ਹੋਏ ਨੰਬਰ ਉੱਪਰ ਤੁਸੀਂ ਕਿਸੇ ਵੀ ਟਾਈਮ ਕਾਲ ਕਰ ਸਕਦੇ ਹੋ ਥੈਂਕ ਯੂ ਸੋ ਮੱਚ